ਸਤਿ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ, ਸਾਨਾ ਫਤਚਰਨ ਸਿੰਘ, ਪਿੰਡ ਅਲਮਦੀਪੁਰ, ਜ਼ਿਲ੍ਹਾ ਪਟਿਆਲਾ। ਅਸੀਂ ਜੋ ਸਾਡਾ ਸ਼ੁਰੂ ਤੋਂ ਖੇਤੀਬਾੜੀ ਦਾ ਕੰਮ ਪੜਦਾਦੇ ਦਾ ਚੱਲ ਰਿਹਾ ਜੀ, ਅਤੇ ਅਸੀਂ 30 ਕੰਬਾਈਨ ਤੋਂ 15 ਸਾਲ ਤੋਂ ਜੁੜੇ ਹੋਏ ਹਾਂ ਜੀ। ਜੋ ਅਸੀਂ 25-30 ਕੰਬਾਈਨ ਵਰਤ ਚੁੱਕੇ ਹਾਂ ਜੀ। ਜੋ ਅਸੀਂ ਇਸ ਸਾਲ 2024 'ਚ ਪ੍ਰੀਤ ਡਬਲ ਥਰੈਸ਼ਰ, ਪ੍ਰੀਤ ਨੇ ਜੋ ਇੰਜਨ ਲਾਂਚ ਕੀਤਾ ਜੀ ਪ੍ਰੀਤ ਤੋਂ, ਬਿਨਾਂ ਯੂਰੀਏ ਤੋਂ, ਉਹ ਅਸੀਂ ਇਸ ਵਾਰ ਵਰਤੇ ਜੀ। ਬਹੁਤ ਵਧੀਆ ਇੰਜਣ ਹੈ ਜੀ, ਜੋ ਅਸੀਂ ਕੰਮ ਘੱਟ ਤੋਂ ਘੱਟ ਅਸੀਂ 300-400 ਕਿੱਲੇ ਦੇ ਲਗਾਏ ਵੱਢ ਚੁੱਕੇ ਹਾਂ ਜੀ। ਇਹਦੇ ਵਿੱਚ ਡੀਜ਼ਲ ਦੀ ਵੀ ਖਪਤ ਬਹੁਤ ਘੱਟ ਹੈ ਜੀ, ਅਤੇ ਨਾਲ ਸਾਡਾ 25-30 ਹਜ਼ਾਰ ਦਾ ਯੂਰੀਆ ਦਾ ਵੀ ਫਾਇਦਾ ਹੋ ਚੁੱਕਿਆ ਹੈ ਜੀ। ਬਹੁਤ ਵਧੀਆ ਇੰਜਣ ਹੈ ਜੀ। ਜੇ ਗੱਲ ਅਸੀਂ ਪਾਵਰ ਦੀ ਕਰੀਏ, ਪਾਵਰ 'ਚ ਬਹੁਤ ਪਾਵਰ ਹੈ ਜੀ, ਕਿ ਨਾ ਕੋਈ ਪ੍ਰੋਬਲਮ ਨਹੀਂ ਹੈ ਜੀ ਇੰਜਣ 'ਚ, ਨਾ ਕੋਈ ਇਹ ਗਰਮ ਹੋਣ ਦੀ ਪ੍ਰੋਬਲਮ ਜੀ ਇਹ 'ਚ, 80 ਤੋਂ ਉੱਪਰ ਹੀ ਜਾਂਦੇ ਹੀ ਨੇ ਜੀ। ਬਹੁਤ ਵਧੀਆ ਇੰਜਣ ਹੈ ਜੀ। ਸਨ ਭਰਾਵੋ, ਆਪਾਂ ਗੱਲ ਕਰਦੇ ਹਾਂ ਡਬਲ ਥਰੈਸ਼ਰ ਬਾਰੇ। ਕਿਸਾਨ ਡਰਦੇ ਸੀ ਵੀ ਆਹ ਤੂੜੀ ਲਾਂਘਾ ਭੋਰਦੀ ਆ, ਆਹ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਇਹਦੇ ਵਿੱਚ। ਇਹਦੀ ਡਬਲ ਥਰੈਸ਼ਰ ਦੀ ਲਾਂਘੇ ਦਾ ਪੂਰਾ ਮੋਟਾ ਲਾਂਘਾ ਆਉਂਦਾ ਜੀ, ਨਾ ਬੱਲੀ 'ਚ ਦਾਣਾ ਆਉਂਦਾ ਜੀ, ਅਤੇ ਨਾਲ ਆ ਜਿਹੜੀ ਕਿਸਾਨ ਪ੍ਰੋਬਲਮ ਸੀ ਮੱਖੀ ਜਾਂਦੀ ਸੀ, ਇਹਦੇ ਨਾਲ ਸਫਾਈ ਬਹੁਤ ਆਉਂਦੀ ਹੈ ਜੀ। ਅਸੀਂ ਬਹੁਤ ਵਧੀਆ ਤਜਰਬਾ ਰਿਹਾ ਜੀ। ਮੰਡੀ 'ਚ ਵੀ ਆਪਣੇ ਨਾਲ ਘੱਟੋ ਘੱਟ ਪਿੱਛੋਂ ਨਾਲ 100-200 ਕਿੱਲਾ ਹੋਰ ਜੁੜੇ ਸਾਡੇ ਨਾਲ। ਇਹਦੇ ਨਾਲ ਤੂੜੀ ਵੀ ਅਸੀਂ ਜੋ ਵੀ ਪਿੱਛੇ ਕਟਾਈ ਕੀਤੀ ਜੀ, ਤੂੜੀ 'ਚ ਵੀ ਨਹੀਂ ਕੋਈ ਪ੍ਰੋਬਲਮ ਰਹੀ ਜੀ, ਵੀ ਘੱਟ ਬਣਦੀ ਹੈ, ਘੱਟ ਨਹੀਂ ਹੈਗੀ, ਪੂਰੀ ਐਨ ਵਧੀਆ ਤੂੜੀ ਬਣਦੀ ਹੈ ਜੀ। ਇਹਦੇ ਨਾਲ ਭਰਾ ਭਰਾ ਡਰਦੇ ਸੀ ਵੀ ਆਹ ਲਾਂਘਾ ਭੋਰੂਗੀ, ਅੱਗੇ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ, ਸਹੀ ਬਣਦੀ ਹੈ ਜੀ। ਜੋ ਕਿ ਅਸੀਂ ਹੁਣ ਰਾਤ ਨੂੰ ਮਸ਼ੀਨ ਚਲਾਉਂਦੇ ਹਾਂ ਜੀ ਡਬਲ ਥਰੈਸ਼ਰ ਕਰਕੇ, ਇਹਦੇ ਵਿੱਚ ਬਹੁਤ ਤੇਜ਼ੀ ਨਾਲ ਚੱਲਦੀ ਹੈ ਜੀ, ਅਤੇ ਨਾ ਕੋਈ ਦਾਣੇ ਦਾ ਡਰ ਰਹਿੰਦਾ ਜੀ ਇਹਦੇ ਵਿੱਚ, ਰਾਤ ਨੂੰ ਵੀ ਕੋਈ ਪ੍ਰੋਬਲਮ ਨਹੀਂ, ਦੂਜੀਆਂ ਮਸ਼ੀਨਾਂ ਨਾਲੋਂ ਵਧੀਆ ਕੰਮ ਕਰਦੀ ਹੈ ਜੀ। ਸਨ ਭਰਾ, ਆਪਾਂ ਗੱਲ ਕਰੀਏ ਕਟਰਵਾਲ ਦੀ, ਆਹ ਪਿਛਲੇ ਆਪਣਾ ਪੈਪ ਸੀ 5 ਰੀਲਾਂ ਦੇ, ਹੁਣ ਤਾਂ 6 ਹੋ ਗਏ ਨੇ ਜੀ, ਅਤੇ ਆਪਣਾ ਇਹਦਾ ਔਗਰ ਹੋ ਗਿਆ ਆਪਣਾ 18 ਇੰਚੀ ਕਰਤਾ, ਵੱਡਾ ਕਰਤਾ ਜੀ ਇਹਦਾ ਥੋੜ੍ਹਾ, ਅਤੇ ਫੀਟ ਦੇ ਵਿੱਚ ਪਹਿਲਾਂ 2 ਚੈਨਾਂ ਆਉਂਦੀਆਂ ਸੀ, ਹੁਣ 3 ਕਰਤੀਆਂ ਜੀ। ਇਹਦੇ ਨਾਲ ਖਿਚਾਈ ਦਾ ਬਹੁਤ ਫਰਕ ਪੈ ਗਿਆ ਜੀ। ਕਿਸਾਨ ਭਰਾ ਨੂੰ ਰਾਤ ਨੂੰ ਪ੍ਰੋਬਲਮ ਆਉਂਦੀ, ਥੋੜ੍ਹਾ ਲਾਂਘਾ ਲਿਪੜਦਾ ਸੀ, ਹੁਣ ਬਿਲਕੁਲ ਨਹੀਂ ਲਿਪੜਦਾ ਸੀ, ਹੁਣ ਪਹਿਲਾਂ ਨਾਲ ਵਧੀਆ ਖਿਚਾਈ ਕਰਦੀ ਹੈ। ਗੱਲ ਕਰੀਏ ਪਲੇਟ ਬਾਡੇ ਦੀ, ਇਹਦੇ ਵਿੱਚ ਮਸ਼ੀਨ ਦੀ ਵਾਈਬ੍ਰੇਸ਼ਨ ਬਿਲਕੁਲ ਖਤਮ ਹੋ ਚੁੱਕੀ ਹੈ ਜੀ, ਅਤੇ ਜੋ ਵਾਇਰਿੰਗਾਂ 'ਤੇ ਲੋਡ ਪੈਂਦਾ ਸੀ ਉਹ ਵੀ ਬਿਲਕੁਲ ਖਤਮ ਹੋ ਚੁੱਕਿਆ ਜੀ। ਇਹਦੇ ਨਾਲ ਪਲੇਟ ਬਾਡੀ ਦਾ ਇੰਨਾ ਫਰਕ, ਆਪਣਾ ਰਿਪੇਅਰਿੰਗ ਦਾ ਬਹੁਤ ਖਰਚਾ ਘੱਟ ਗਿਆ। ਕਿਸਾਨ ਭਰਾਵਾਂ ਨੂੰ ਸਲਾਹ ਜੀ ਕਿ ਤੁਸੀਂ ਮਸ਼ੀਨ ਵਰਤਣੀ ਹੈ ਜੀ, ਪ੍ਰੀਤ ਵਾਲੀ ਡਬਲ ਥਰੈਸ਼ਰ, ਬਿਨਾਂ ਯੂਰੀਆ ਤੋਂ ਇੰਜਣ, ਉਹਦੇ ਵਰਤ ਸਕਦੇ ਹੋ, ਅਤੇ ਤੁਸੀਂ ਇਹਦੇ ਵਿੱਚ ਸਾਨੂੰ ਬਹੁਤ ਫਾਇਦਾ ਹੋਇਆ ਜੀ, ਬਹੁਤ ਵਧੀਆ ਸੀਜ਼ਨ ਲੱਗਿਆ ਜੀ, ਅਤੇ ਇਹਦੇ ਵਿੱਚ ਡੀਜ਼ਲ ਦਾ ਵੀ ਬਹੁਤ ਫਰਕ ਪਿਆ ਜੀ, ਅਤੇ ਆਪਣਾ 25-30 ਹਜ਼ਾਰ ਦਾ ਜੋ ਯੂਰੀਆ ਉਹ ਵੀ ਬਚ ਗਿਆ ਜੀ। ਬਹੁਤ ਵਧੀਆ ਮਸ਼ੀਨ ਹੈ ਜੀ। ਧੰਨਵਾਦ।